Hanji Ramandeep Singh ji, the staff. Hello guys, today we are going IIT Ropar. There is a workshop on artificial intelligence. So everything is so good. See you in IIT dear. So you can like continue video with Balbir Singh. So Ramandeep Singh ne dassiya apan IIT Ropar ja rahe hain. Utthe ajj workshop lag rahi hai. Artificial intelligence, internet of things, te mechanical thodi kadi automobile. So apan video utthe jaake continue karde hain. Hun assi bus di wait kar rahe hain. Guys, the time has come and we are here at IIT Ropar. There's another boy from with us from school. Yeah, so hello guys, this is Ramandeep Singh and with me my dear friend Balbir. And finally we came out from IIT Ropar. Now we are going our college back. Our Banda Singh Bahadur Engineering College. Our college is located at Digar Sahib. The experience we got from this workshop is very unique and you can say informative. But it depends on you what type of steps you should take. Make your future innovative, and I thanks to my friend Balbir. He told me about this workshop, and I want you all to stay connected with innovative tomorrow and innovative things. Thank you. So, guys, apan hostel wapas aa gaye hain. Bahut badhiya reha apna safar IIT Ropar da. ਦੋ ਦਿਨ ਦੀ ਵਰਕਸ਼ਾਪ ਸੀ ਇਹ ਰਾਤੀ ਅਸੀਂ ਰੁਕ ਗਏ ਸੀਗੇ ਗੁਰਦੁਆਰਾ ਸਾਹਿਬ IIT ਰੋਪੜ ਉੱਥੇ ਸਟੂਡੈਂਟ ਜ਼ਿਆਦਾ ਹੋ ਗਏ ਸੀਗੇ ਅਤੇ ਹੋਸਟਲ ਦੀ ਅਵੇਲੇਬਿਲਿਟੀ ਘੱਟ ਗਈ ਸੀ ਬਾਕੀ ਗੱਲਾਂ ਆਪਾਂ ਛੱਡਦੇ ਹੋਏ ਗੱਲ ਕਰਦੇ ਹਾਂ ਵੀ ਜਿਹੜੀ ਵਰਕਸ਼ਾਪ ਸੀ ਉਹ ਕਿਵੇਂ ਦੀ ਸੀ ਵਰਕਸ਼ਾਪ ਸੀ ਸਾਡੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਸੋ ਹੋਰ ਉੱਥੇ ਕਾਫੀ ਤਰ੍ਹਾਂ ਦੀ ਚਾਰ ਪੰਜ ਕੈਟੇਗਰੀ ਦੀਆਂ ਸੀਗੀਆਂ ਅਤੇ ਉਹਨਾਂ ਵਿੱਚੋਂ ਸਾਡੀ ਸੀਗੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਜਿਹਦੇ ਵਿੱਚ ਹੀ ਮਸ਼ੀਨ ਲਰਨਿੰਗ ਅਤੇ ਪਾਈਥਨ ਤਾਂ ਚਲੋ ਆਉਣੀ ਆਉਣੀ ਹੈ ਮਸ਼ੀਨ ਲਰਨਿੰਗ ਨਿਊਰਲ ਨੈਟਵਰਕ ਅਤੇ ਇਸ ਦੇ ਵਿੱਚ ਅਸੀਂ ਹੁਣ ਜੋ ਸਿੱਖਿਆ ਉਹ ਸਭ ਤੋਂ ਪਹਿਲਾਂ ਸਾਨੂੰ ਪਾਈਥਨ ਦਾ ਬੇਸਿਕ ਕਨਸੈਪਟ ਸਿਖਾਏ ਗਏ ਪਾਈਥਨ ਤੋਂ ਬਾਅਦ ਸਾਡੀ ਸੀਗੀ ਕਲਾਸ ਸੈਸ਼ਨ ਮਸ਼ੀਨ ਲਰਨਿੰਗ ਦਾ ਅਤੇ ਮਸ਼ੀਨ ਲਰਨਿੰਗ ਦੇ ਵਿੱਚ ਉਹਨਾਂ ਨੇ ਡੇਟਾਬੇਸ ਨੂੰ ਕਿਸ ਤਰ੍ਹਾਂ ਆਪਾਂ ਜਿਵੇਂ ਹੁਣ ਆਪਣੇ ਕੋਲ ਪੁਰਾਣਾ ਡੇਟਾ ਹੁੰਦਾ ਹੈ ਕੋਈ ਪੁਰਾਣਾ ਰਿਕਾਰਡ ਜਿਵੇਂ ਗੱਡੀਆਂ ਦੀ ਵਿਕਰੀ ਇਹ ਕਿੰਨੀ ਹੋਈ ਕਿਸ ਸਾਲਾਂ ਦੇ ਵਿੱਚ ਅਤੇ ਉਹਦੀ ਕੀ ਮਾਡਲ ਸੀ ਅਤੇ ਕੀ ਉਹਦਾ ਸੀਟਾਂ ਕਿੰਨੀਆਂ ਸੀਗੀਆਂ ਉਹਦੀਆਂ ਜਾਂ ਹੋਰ ਇਹੋ ਜਿਹਾ ਜੋ ਵੀ ਉਹਦਾ ਹੁੰਦੀ ਹੈ ਸਾਰੀ ਸਪੈਸੀਫਿਕੇਸ਼ਨ ਸੋ ਉਹ ਜਿਹੜਾ ਆਪਣਾ ਪਾਸਟ ਰਿਕਾਰਡ ਆ ਉਹਨੂੰ ਆਪਾਂ ਕਿਸੇ ਕਿਵੇਂ ਵਧੀਆ ਤਰੀਕੇ ਨਾਲ ਫਾਇੰਡ ਆਊਟ ਕਰੀਏ ਵੀ ਉਹਦੀ ਕਿਸੇ ਨਵੇਂ ਮਾਡਲ ਦੀ ਪ੍ਰਡਿਕਸ਼ਨ ਕਰੀਏ ਵੀ ਉਹਦਾ ਰੇਟ ਕੀ ਹੋਊਗਾ ਕੀ ਪ੍ਰਾਈਸ ਹੋਣੀ ਚਾਹੀਦੀ ਉਹਦੀ ਸੋ ਉਹ ਚੀਜ਼ਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਮੇਨਟੇਨ ਕਰਨ ਵਾਸਤੇ ਵਧੀਆ ਤਰੀਕੇ ਨਾਲ ਐਜ਼ ਏ ਮਸ਼ੀਨ ਕੈਲਕੂਲੇਟ ਕਰੇ ਸੋ ਉਹਦੇ ਵਾਸਤੇ ਆਪਾਂ ਮਸ਼ੀਨ ਲਰਨਿੰਗ ਯੂਜ਼ ਕਰਦੇ ਹਾਂ ਅਤੇ ਇਹ ਮਹੀਨਾ ਹੁਣ ਬਸ ਪੜ੍ਹਾਈਆਂ ਦੇ ਦਿਨ ਆ ਗਏ ਆ ਸੋ ਇਹ ਮਹੀਨਾ ਆਪਾਂ ਇੱਕ ਪੂਰਾ ਪੜ੍ਹਨਾ ਹੈ ਇਹ ਮਹੀਨੇ ਹੁਣ ਕੋਈ ਵੀਡੀਓ ਨਹੀਂ ਆਊਗੀ ਅਪ੍ਰੈਲ ਦੇ ਵਿੱਚ ਮੈਂ ਕੋਈ ਹੁਣ ਵੀਡੀਓ ਸ਼ੂਟ ਨਹੀਂ ਕਰੂੰਗਾ ਆ ਮਾਰਚ ਮਹੀਨੇ ਵਾਲੀ ਹੈ ਮੈਂ ਕੱਲ੍ਹ ਨੂੰ ਸ਼ਾਇਦ ਪਾ ਦੂੰਗਾ ਐਡਿਟ ਵਗੈਰਾ ਕਰਕੇ ਜੇ ਹੋ ਗਈਆਂ ਜਿਹਨਾਂ ਹੋਈਆਂ ਨਾ ਨਹੀਂ ਪਾਵਾਂਗੇ ਅਤੇ ਬਸ ਫਿਰ ਉਸ ਤੋਂ ਬਾਅਦ ਪੇਪਰ ਆ ਗਏ ਫਾਈਨਲ ਅਤੇ ਫਾਈਨਲ ਪੇਪਰ ਤੋਂ ਬਾਅਦ ਆਪਾਂ ਮਿਲਦੇ ਹੁਣ ਆਪਾਂ ਅਗਲੇ ਸਮੈਸਟਰ ਅਗਲੇ ਸਮੈਸਟਰ ਤੋਂ ਪਹਿਲਾਂ ਸਾਡੀ ਹੈਗੀ ਟ੍ਰੇਨਿੰਗ ਸੋ ਟ੍ਰੇਨਿੰਗ ਵਗੈਰਾ ਦੇ ਵਿੱਚ ਟਰਾਈ ਕਰਾਂਗੇ ਵੀ ਥੋੜ੍ਹਾ ਬਹੁਤ ਬਲੌਗ ਵਗੈਰਾ ਕਰਦੀ ਛੋਟੀ ਮੋਟੀ ਵੀਡੀਓ 'ਚ ਕੱਢਦੀ ਸੋ ਤਦ ਤੱਕ ਦੇ ਲਈ ਦੇਖਦੇ ਰਹੋ ਸਾਡਾ ਚੈਨਲ ਅਤੇ ਜਿਹੜੇ ਨਵੇਂ ਲੋਕ ਜੁੜੇ ਨੇ ਜਾਣੀ ਸਬਸਕ੍ਰਾਈਬ ਕਰਿਆ ਹੁਣ ਤਾਂ ਬਹੁਤ ਉਹਨਾਂ ਦਾ ਸੋ ਮਿਲਦੇ ਆਪਾਂ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ